ਸਿਰਾਂ ਤੇ ਨਾਜ਼ ਕਰਨੇ ਆ ਕਸਮ ਏ ਰਸੂਲ ਦੇ ਪੁੱਤਰਾਂ ਦੀ ਮੈਂ ਆਪਣੀ ਗਰੀਬੀ ਯਾਦ ਏ ਹੁਸੈਨ ਦੀ ਕਰੀਨੀ ਜਿਹਦਾ ਮੈਂ ਜ਼ਾਕਰ ਬਣਿਆ ਸੀ ਮੇਰਾ ਆਪਣਾ ਘਰ ਹੀ ਕੋਈ ਨਹੀਂ ਮੈਂ ਕਿਸੇ ਦੇ ਘਰ 'ਚ ਰਹਿੰਦਾ ਮੇਰੇ ਪਿਓ ਮਾਂ ਦੀ ਗੁਰਬਤ ਅਤੇ ਭੈਣ ਅਤੇ ਵਿਰਾਵਾਂ ਨੂੰ ਤਰਸ ਆਇਆ ਉਹਨਾਂ ਇੰਝ ਵਸਾਇਆ ਜੋ ਮੇਰੀ ਨਸਲ ਯਾਦ ਕੋਈ ਫਤਵਾ ਲਾਵੇ ਮੈਂ ਝੱਲਣ ਵਾਸਤੇ ਤਿਆਰ ਹਾਂ ਅੱਲਾਹ ਦੀ ਕਾਇਨਾਤ ਵਿੱਚ ਯਾ ਅੱਲਾਹ ਆਪ ਕਰੀਮੇ ਯਾ ਇਹ ਭੈਣ ਤੇ ਬਿਰਹ ਇਹ ਅਕੀਦਤ ਦੇ ਆਸੂ ਮੌਲਾ ਮੀਰ ਫਰਮਾਨ ਜਦੋਂ ਤੇਰਾ ਅਰੂਜ ਵਧੇ ਆਪਣੇ ਮਾਜ਼ੀ ਨੂੰ ਯਾਦ ਕਰ ਸਲਿਪ ਨੋ ਉਸੇ ਢਾਸੇ ਨਹੀਂ ਅਜ਼ੀਮ ਮਜਮੈ ਸੁਲਝੋ ਆਜ਼ਾਦਾਰੋ ਬਸ ਇਤਨੀ ਮਿੰਨਤ ਹੈ ਕਿਸੇ ਦੇ ਆਖੇ ਲੱਗ ਕੇ ਆਪਣੀ ਕਬਰ ਗੰਦੀ ਨਾ ਕਰੇ ਵਾਏ ਦੇ ਜ਼ਰੀਆ ਹੈ ਜਿਹੜੀ ਸਾਡੀ ਨਿਜਾਤ ਇਹ ਹੁਸੈਨ ਦਾ ਰੋਮਣ ਹੀ ਹੈ ਜਿਸ ਸੰਤ ਪੁਲਿਸ ਰਾਤ ਤੋਂ ਗੁਜ਼ਾਰ ਜਿਸ ਕਬਰ ਸੌਖੀ ਕਰਨੀ ਉਹ ਜ਼ਿਕਰ ਹੁਸੈਨ ਇਸ ਦੇ ਨਾਲ ਹੀ ਬੰਦਾ ਫਰਾਡ ਕਰੇ ਉਸ ਪੜ੍ਹਨ ਵਾਲੇ ਤੇ ਲਾਨਤ ਏ ਉੱਠਣ ਬਾਣ ਤੇ ਲਾਨਤ ਏ ਜਿਹੜਾ ਹੁਸੈਨ ਨਾਲ ਧੋਖਾ ਪਿਆ ਕਰਦਾ ਹੈ ਕਿੱਥੋਂ ਦਾ ਜ਼ਾਰ ਕਰੇ ਕਿੱਥੋਂ ਦਾ ਸ਼ੀਆ ਹੈ ਮੇਰੀ ਮਜਲਿਸ ਹੋ ਗਈ ਘਰ ਮੇਂ ਬੇਸ਼ੁਮਾਰ ਹਾਂਜੀ ਸੁਣਨ ਦੇ ਮੂਡ ਵਿੱਚ ਹੋ ਮਜਲਿਸ ਪੂਰੀ ਅਕੀਦਤ ਬੜੀ ਸ਼ੈ ਯਾਦ ਰੱਖੇ ਆਪਣੇ ਅਕੀਦੇ ਤੇ ਕਦੀ ਸੌਦਾ ਨਾ ਕਰੇ ਸੁਣਨ ਦੇ ਮੂਡ ਵਿੱਚ ਹੋ ਤੇ ਪਹਿਲੀ ਸਤਰ ਮੈਂ ਪੜ੍ਹਨ ਲੱਗਾ ਪਹਿਲੀ ਸਤਰ ਵੱਧ ਫੈਸਲਾ ਕਰਨਾ ਜੋ ਪੜ੍ਹਨਾ ਕਿਆ ਆਓ ਜੀ ਆਓ ਹਾਂ ਜੀ ਸਾਰੇ ਮੁਤਵੱਜੋ ਮਿੰਬਰ ਦੇ
ਮੈਂਬਰ ਮਿਲਿਆ ਮੌਲਾ ਅਲੀ ਨੂੰ ਇਤਨੀ ਖੁਸ਼ੀ ਨਹੀਂ ਜੋ ਮੈਂ ਮਿੰਬਰ ਤੇ ਬੈਠਾ ਬਲਕਿ ਮਿੰਬਰ ਨੂੰ ਖੁਸ਼ੀ ਹੈ ਜੋ ਮੇਰੇ ਤੇ ਹੱਕ ਦਾ ਹੈ ਮੌਲਾ ਹਾਇਦਰੀ ਤੁਹਾਡੀ ਅਜ਼ਮਤ ਨੂੰ ਸਲਾਮ ਤੁਹਾਡੀ ਅਜ਼ਮਤ ਨੂੰ ਸਲਾਮ ਮਿੰਬਰ ਨੂੰ ਖੁਸ਼ੀ ਹੈ ਮਿੰਬਰ ਵੇਖੋ ਜੀ ਖਿਤਾਬਤ ਦਾ ਇਹ ਮਿਆਰ ਇਹ ਬੰਦਾ ਤਕਰੀਰ ਕਰਦਾ ਪਿਆ ਹੋਵੇ ਨਾ ਜੀ ਅਤੇ ਸੁਣਨ ਵਾਲੇ ਬੰਦੇ ਮਹਿਸੂਸ ਕਰਨ ਬਈ ਅਸੀਂ ਤੌਸੇ ਨਹੀਂ ਅਸੀਂ ਉਸ ਪਿੰਡਾਲ 'ਚ ਬੈਠੇ ਹਾਂ ਜਿੱਥੋਂ ਦੀ ਗੱਲ ਸ਼ੁਰੂ ਹੋਈ ਰਾਹੇ ਖਲੂਸ ਸੇ ਆਓ ਤੋ ਫਾਸਲਾ ਕਮ ਹੈ ਰਾਹੇ ਖਲੂਸ ਸੇ ਆਓ ਮੇਰੇ ਵਾਲਦ ਜ਼ਾਕਰ ਨਾਮ ਹੁਸੈਨ ਅੱਲਾ ਦਰਜਾਤ ਬੁਲੰਦ ਕਰੇ ਪਿਓ ਦਾਦਾ ਪੜਦਾਦਾ ਜ਼ਾਕਰ ਹੈ ਉਹ ਇੱਕ ਕਸੀਦਾ ਪੜਦਿਆਂ ਉਹਦੀ ਇੱਕ ਸਤਰ ਹੈ ਦੂਰ ਨਜ਼ਰ ਫੱਖੀਆਂ ਤੂੰ ਪਰ ਦਿਲ ਮੇਰੇ ਤੋਂ ਦੂਰ ਨਹੀਂ ਹੈ ਦੂਰ ਨਜ਼ਰ ਫੱਖੀਆਂ ਤੂੰ ਦੋਵੇਂ ਕੰਮ ਤੁਸਾਂ ਮੇਰੇ ਜ਼ਿੰਮੇ ਨਹੀਂ ਕਰਨੇ ਪਏ ਪੜ੍ਹੀ ਮੈਂ ਤਾਂ ਸਮਝੀ ਮੈਂ ਹੈ ਦੂਰ ਨਜ਼ਰ ਫੱਖੀਆਂ ਤੂੰ ਪਰ ਦਿਲ ਮੇਰੇ ਤੂੰ ਅੱਛਾ ਤਾਂ ਸ਼ੇਰ ਯਾਦ ਆ ਗਏ ਵੀ ਪੜ੍ਹ ਦੇਵਾਂ ਜ਼ਾਕਰੀ ਸੀ ਡੀ ਵਾਲੀ ਜ਼ਾਕਰੀ ਨਹੀਂ ਬਸ ਸੀ ਡੀ ਮੁੱਕੀ ਤਾਂ ਜ਼ਾਕਰੀ ਗਈ ਯਾਦ ਆ ਗਈ ਇਹ ਗੱਲ ਆਪਣੇ ਬਾਬੇ ਦੀ ਉੱਥੋਂ ਤੁਹਾਨੂੰ ਸੁਣਾਉਣ ਲੱਗ ਪਰ ਦਿਲ ਮੇਰੇ ਤੂੰ ਦੂਰ ਨਹੀਂ ਹੈ ਦੂਰ ਨਜ਼ਰ ਫੱਖੀਆਂ ਤੂੰ ਪਰ ਦਿਲ ਮੇਰੇ ਤੂੰ ਦੂਰ ਲਓ ਜੀ ਦਾ ਸ਼ੇਰ ਸੁਣਨਾ ਤਾਂ ਲੁਤਫ ਲੈਣਾ ਸ਼ਾਇਰਾਂ ਦਾ ਇਲਾਕਾ ਹੈ ਅਦਬ ਦੀ ਧਰਤੀ ਹੈ ਤਾਲੀਮ ਦੇ ਹਵਾਲੇ ਨਾਲ ਬਹੁਤ ਵੱਡਾ ਮਿਆਰ ਹੈ ਤੁਹਾਡਾ ਜਿਹਨਾਂ ਦੇ ਪਾਇਲਟ ਐਡੇ ਲਾਇਕ ਹਨ ਜਿਹਨਾਂ ਪਾਕਿਸਤਾਨ ਦਾ ਸਿਰ ਉੱਚਾ ਕੀਤਾ ਤਵੱਜੋ ਫਰਮਾ ਰਹੇ ਪਰ ਦਿਲ ਮੇਰੇ ਤੂੰ ਬੋਲੋ ਦੂਰ ਨਹੀਂ ਹੈ ਦੂਰ ਨਜ਼ਰ ਫੱਖੀਆਂ ਤੂੰ ਪਰ ਦਿਲ ਮੇਰੇ ਤੂੰ ਦੂਰ ਉਹਦੇ 'ਚ ਇੱਕ ਸ਼ੇਰ ਆਈ ਤੁਹਾਡੀ ਮੁਹੱਬਤ ਨੂੰ ਵੇਖ ਕੇ ਅਤੇ ਬਾਬੇ ਦੇ ਦਰਜਾਤ ਬੁਲੰਦ ਹੋ ਉਹ ਪੜ੍ਹਦੇ ਹਨ ਇਬਰਾਹੀਮ ਕੋ ਰੱਬ ਅਕਬਰ ਨੇ ਰੁਤਬਾ ਬਖਸ਼ਿਆ ਆਲਾ ਆਪ ਨਬੀ ਅਤੇ ਜਦ ਨਬੀਆਂ ਦੀ ਏਡੀਆਂ ਇਜ਼ਤਾਂ ਵਾਲਾ ਪਰ ਨਾਲ ਇਮਾਨ ਦੇ ਆਪੇ ਦੱਸ ਕਿਆ ਹੈਦਰ ਦਾ ਮਜ਼ਦੂਰ ਨਹੀਂ ਜੀਦੇ ਰਹੋ ਮੈਂ ਹੈ ਦੂਰ ਨਜ਼ਰ ਫੱਖੀਆਂ ਤੂੰ ਪਰ ਦਿਲ ਮੇਰੇ ਤੂੰ ਬੜੀ ਮੁੱਦਤ ਬਾਅਦ ਯਾਦ ਆ ਕੇ ਮੈਂ ਪੜ੍ਹ ਦਿੱਤਾ ਇਸ ਦਾ ਸਵਾਬ ਮੇਰੇ ਵਾਲਦ ਦੇ ਰੂ ਤੁਸੀਂ ਸਮਝਣਾ ਵਾ ਬੰਦੇ ਤੌਸੇ ਦੇ ਤ੍ਰਿਖੇ ਨਾ ਅਰਬ ਦੇ ਬੰਦੇ ਐਡੇ ਤ੍ਰਿਖੇ ਆਣ ਬਸ ਤੁਹਾਨੂੰ ਵੇਚ ਛੋੜਨ ਤਾਂ ਬਾਹ ਦਾ ਪਤਾ ਅਗਲੇ ਸਾਲ ਥੱਕ ਕੇ ਨਾ ਸੁਣਾਇਆ ਯਾਨੀ ਐਡੇ ਤੇਜ਼ ਹਨ ਵੇਚ ਛੋੜਨ ਅਤੇ ਬਾਹ ਦਾ ਪਤਾ ਅਗਲੇ ਸਾਲ ਲੱਗੇ ਬਸ ਕਿਤਨੇ ਦਾ ਵਿਕੇ ਹੈ ਸੁਭਾਨ ਅੱਲਾਹ ਅਮੀਰ ਕਾਇਨਾਤ ਮਿੰਬਰ ਤੇ ਆਏ ਨੇ 80,000 ਤੋਂ 1,00,000 ਤੋੜੀ ਤਾਦਾਦ ਲਿਖਦੇ ਨੇ ਪਹਿਲਾ ਖਿਤਾਬ ਆਈ ਇਮਰਾਨ ਦੇ ਜਾਨੀ ਦਾ ਤੁਹਾਡੀਆਂ ਨਸਲਾਂ ਤੇ ਤੁਹਾਡੀਆਂ ਨਸਲਾਂ ਤੇ ਮੌਲਾ ਰਾਮ ਫਰਮਾ ਹੋਇਆ ਹਾਜ਼ਰੀ ਯਾਰ ਪਹਿਲਾ ਖਿਤਾਬ ਵੱਡਾ ਖਿਤਾਬ ਬੜਾ ਮਜ਼ਾ ਆ ਰਿਹਾ ਗੱਲ ਕਰਨ ਦਾ ਤੁਹਾਡੇ ਸੁਣਨ ਦਾ ਪਹਿਲਾ ਖਿਤਾਬ ਹੈ ਹਜ਼ਰਤ ਇਮਰਾਨ ਦੇ ਜਾਨੀ ਦਾ ਇੱਕ ਬੰਦਾ ਬੜਾ ਓਵਰ ਕਲੈਵਰ ਉਸ ਜੰਪ ਲਿਆ ਮੈਂਬਰ ਦੇ ਨੇੜੇ ਆ ਗਿਆ ਲਓ ਜੀ ਤਵੱਜੋ ਫਰਮਾਓ ਮੌਲਾ ਅਮੀਰ ਦੇ ਚਿਹਰੇ ਦੇ ਪਾਸੇ ਵੇਖ ਕੇ ਅਦਾ ਯਾ ਜੀ ਯਾ ਕੂਤੀ ਲਾ ਮੁਤਹਰਕ ਹੋਏ ਫਰਮਾਇੰਦੇ ਜੀ
ਜਿਹੜੇ ਬੋਲ ਸਕਦੇ ਉਹ ਤਾਂ ਜ਼ਰੂਰ ਬੋਲੋ, ਜਿਹੜਾ ਨਹੀਂ ਬੋਲ ਸਕਦਾ ਇਹ ਤਾਂ ਜ਼ਿੱਦ ਹੈ। ਹੁਣ ਮੈਂ ਜੋ ਗੁੰਗੇ ਬੰਦੇ ਨਾਲ ਆਖਾਂ ਬੋਲ, ਤੂੰ ਨਾ ਆਖਣਾ ਪੜ੍ਹਨ ਵਾਲਾ ਕਮਲ ਹੈ। ਬਈ ਯਾਰ ਇੱਕ ਬੰਦਾ ਬੋਲ ਹੀ ਨਹੀਂ ਸਕਦਾ ਤਾਂ ਉਹ ਆਦਤ ਤੂੰ ਬੋਲ। ਬਈ ਜਿਹਨਾਂ ਜਿਹਨਾਂ ਬੰਦਿਆਂ ਨੂੰ ਅੱਲਾਹ ਜ਼ੁਬਾਨ ਦਿੱਤੀ ਇਹਨਾਂ ਜ਼ਿਕਰ ਅਲੀ ਵਾਸਤੇ, ਉਹਨਾਂ ਜ਼ੁਬਾਨਾਂ 'ਤੇ ਵਾਜਬ ਹੈ। ਆਹਾ ਅਲੀ ਫਰਮਾਨਦੇ ਜੀ, ਹਰ ਜੰਗ ਦਾ ਫਾਤਿਹ, ਕੋਈ ਐਸੀ ਜੰਗ ਨਹੀਂ ਜਿਹੜੀ ਬਗੈਰ ਮੌਲਾ ਅਲੀ ਤੋਂ ਫਤਿਹ ਹੋਈ ਹੋਵੇ। ਯਾ ਅਲੀ ਦੱਸ ਸਕਦੇ ਹੋ ਜ਼ਿੰਦਗੀ ਦੀ ਕੋਈ ਐਸੀ ਹਸਰਤ ਜਿਹੜੀ ਜਨਾਬ ਦੀ ਪੂਰੀ ਨਾ ਹੋਈ ਹੋਵੇ? ਅਲੀ ਫਰਮਾਉਂਦੇ ਨੇ ਇੱਕ ਨਹੀਂ ਦੋ। ਇੱਕ ਗੱਲ ਦੱਸਾਂ, ਜਿਸ ਦਰਬਾਰ 'ਚ ਆਏ ਬੈਠੇ ਹੋ ਇੱਥੇ ਗੁੰਗੇ ਹੀ ਬੋਲ ਪਾਉਂਦੇ। ਆਹਾ ਬਈ ਜਿਹੜੇ ਬੰਦੇ ਆਸਨ ਨਾ ਗਾਂ ਉਹ ਪਿੱਛੇ ਬਾਂ, ਨਾਰਾਜ਼ ਨਾ ਹੋਵੇ। ਇਹ ਰੌਲਾ ਸ਼ੀਆ ਚ ਵੀ ਬੰਦੇ ਆਉਂਦੇ ਪਿੱਛੇ ਨੂੰ ਤਬਾਹ ਦੇ ਅੱਗਾ, ਇਸ ਤੋਂ ਸ਼ੀਆ ਖਿਲਾਫ ਹੈ। ਬੰਦੇ ਆਏ ਬਾਅਦ ਚੰਨ ਫਿੱਟੋ, ਉਹ ਕੋਈ ਤੇ ਜਾਗ ਪਵੋ ਬਾਈ। ਅੱਲਾ ਤੁਹਾਡੀ ਜ਼ਿੰਦਗੀ ਦਰਾਜ ਕਰੇ, ਮਜ਼ਾ ਆ ਗਿਆ ਗੱਲ ਕਰਨ ਦਾ ਤੁਹਾਡੇ ਸੁਣਨ ਦਾ। ਯਾ ਅਲੀ ਜੀ, ਕੋਈ ਐਸੀ ਹਸਰਤ, ਅਲੀ ਫਰਮਾਉਂਦੇ ਨੇ ਇੱਕ ਨਹੀਂ ਦੋ। ਬੰਦੇ ਦੇ ਪੈਰ ਪਟੀ ਗਏ, ਯਾ ਅਲੀ ਤੁਹਾਡੀਆਂ? ਫਰਮਾਇਆ ਹਾਂ ਮੇਰੀ। ਉਸ ਆਖੇ ਜੀ ਬਿਆਨ ਕਰੋ। ਫਿਰ ਉਸ ਇੱਕ ਸਵਾਲ ਕਰ ਦਿੱਤਾ ਜਲਦੀ। ਉਸ ਆਖੇ ਯਾ ਅਲੀ, ਅਰਮਾਨ ਪਿਆ ਲੱਗਦਾ ਹੈ। ਸਵਾਲ ਮੈਂ ਬਿਰਾਦਰੀ ਦੇ ਆਖਣ ਤੇ ਚੁਣ ਕੇ ਕੀਤੇ, ਬਿਰਾਦਰੀ ਦੇ ਆਖਣ ਤੇ। ਹੁਸੈਨ ਦਾ ਨਾਂ ਨੇ ਜਾਗੋ ਯਾਰ, ਨਹੀਂ ਹੁਣ ਸਵੇਰੇ ਦੇ ਟਾਈਮ ਤੁਹਾਡਾ ਇਹ ਹਾਲ ਹੈ, ਪਿਛਲੇ ਜਾਕਰ ਤੋਂ ਰੁੱਲ ਗਏ। ਕਿਉਂ ਬਾਬਾ ਜੀ? ਭਾਈ ਪਿਛਲੇ ਬੰਦੇ ਤਾਂ ਰੁੱਲ ਗਏ ਯਾਰ, ਪਹਿਲੇ ਪਹਿਲੇ ਜਾਕਰ ਦੀ ਵਾਰੀ ਥੱਕ ਗਏ ਤੁਸੀਂ। ਯਾ ਅਲੀ ਤਵਜੋ, ਅਰਮਾਨ ਪਿਆ ਲੱਗਦਾ ਹੈ, ਜਵਾਬ ਤੁਸੀਂ ਵੱਡਾ ਦੇਣਾ ਹੈ। ਅਰਮਾਨ ਇਸ ਗੱਲ ਦਾ ਹੈ, ਲਾਊਡ ਸਪੀਕਰ ਨਹੀਂ, ਸਾਊਂਡ ਸਿਸਟਮ ਨਹੀਂ, ਵਾਇਰਲੈਸ ਨਹੀਂ, ਕੋਈ ਐਸੇ ਜ਼ਰਾਏ ਨਹੀਂ। ਮਜਮਾ ਲੱਖਾਂ ਦਾ ਹੈ। ਅਗਲੇ ਬੰਦੇ ਤੁਹਾਡੀ ਗੱਲ ਸੁਣ ਸਨ, ਅਗਲੇ ਬੰਦੇ ਗੱਲ ਸੁਣ ਸਨ, ਪਿਛਲਾ ਮਜਮਾ ਚਰਾ ਗਿਆ। ਅਲੀ ਮੁਸਕਰਾ ਕੇ ਫਰਮਾਇੰਦੇ, ਮੈਂ ਬੰਦਿਆਂ ਦਾ ਬਣਾਇਆ ਹੋਇਆ ਇਮਾਮ ਨਹੀਂ। ਹੱਥ ਖੜਾ ਕਰਕੇ ਨਾਰਾ ਹਾਇਦਰੀ, ਤੁਹਾਡੀਆਂ ਨਸਲਾਂ ਤੇ ਸ਼ਾਹ ਨਜ਼ਫ ਰਾਮ ਫਰਮਾਓ, ਤੁਹਾਡੀਆਂ ਨਸਲਾਂ ਤੇ ਮੌਲਾ ਰਾਮ ਫਰਮਾਓ। ਬੜਾ ਮਜ਼ਾ ਆ ਰਿਹਾ ਗੱਲ ਕਰਨ ਦਾ ਤੁਹਾਡੇ ਸੁਣਨ ਦਾ। ਯਾ ਅਲੀ, ਇਹ ਇਤਨੇ ਮਜਮੇ ਨਾਵਾਜ਼ ਕਿਵੇਂ ਸੁਣਿਆ ਸੋ? ਤੋ ਸਿਆਲੋ ਜੀ, ਤੁਸੀਂ ਨਾ ਕਦਰ ਕੀਤੀ ਅੱਲਾ ਤੇ ਜਹਾਨਤ ਕਿਸ ਨੇ ਕਰ? ਜਾਂ ਤਾਲੀਮ ਦੀਆਂ ਸੰਦਾਂ ਮੈਨੂੰ ਵਾਪਸ ਕਰੋ ਜਾਂ ਬੋਲੋ ਲੁਤਫ ਨਾਲ। ਯਾ ਅਲੀ, ਇਤਨੇ ਮਜਮੇ ਚ ਅਗਲੇ ਬੰਦੇ ਤੁਹਾਡੀ ਗੱਲ ਸੁਣ ਸਨ, ਪਿਛਲਾ ਮਜਮਾ ਰਹਿ ਗਿਆ, ਆਵਾਜ਼ ਕਿਵੇਂ ਸੁਣੇ ਸੋ? ਅਲੀ ਫਰਮਾਇੰਦੇ ਨੇ, ਮੈਂ ਹਵਾ ਨੂੰ ਹੁਕਮ ਦੱਸਿਆ। ਇਖਤਿਆਰਾਂ ਤੇ ਅਲੀ ਪੜ੍ਹ ਰਹੇ ਹਾਇਦਰੀ, ਬਸ ਜੀ ਰਾਜ਼ੀ ਹਾਂ, ਰਾਜ਼ੀ ਅਲੀ ਮਦਦ। ਬੜਾ ਮਜ਼ਾ ਆ ਰਿਹਾ ਗੱਲ ਕਰਨ ਦਾ ਤੁਹਾਡੇ ਸੁਣਨ ਦਾ। ਮੈਂ ਹਵਾ ਨੂੰ, ਬੰਦਾ ਹੋਰ ਕਮਲਾਓਗੇ, ਚੱਲ ਇੱਕ ਕਤਤ ਪੜ ਯਾਰ, ਲੁਕਾਈ ਬੈਠੇ, ਚੱਲ ਉੱਠੀ ਉੱਠੀ ਉੱਠ, ਸੁਣਾ ਦੇ ਸੁਣਾ ਦੇ। ਜਿਹੜੇ ਵਿੱਚ ਬੰਦੇ ਢਿੱਲੇ ਨੂੰ ਰਲਵੈਂ, ਅੱਲਾਹੁਮਾ ਸੱਲ ਅਲਾ ਮੁਹੰਮਦ। ਅੱਛਾ ਇਸ
بھائی علی ان ولی اللہ پڑھدا ہے تا خمس دے تک خمس محمد دی دا حق ہے اج وا دے کے ویکھو با ادھر نتیجہ کیا ہے نتیجہ کیا ہے ماشاء پاک بتول دا حق ہے ضرور دے اور دے کے ویکھو وا نتیجہ کیا ہے برکت عزت رزق صحت تمام ترقی دے راہ کھل ویسن ہک بتول دا حق دین دا میری مجلس ہو گئی میں تواڈے تے مکے تو راضی ہاں میں بڑا پیغام پہنچا دتا ماشاءاللہ بھائی بچا دا ماشاءاللہ پنجواں حق کے بتول دا اے دے تک رزق پاک ہو سی اولاد پاک ہو سی سا پاک ہو سن زندگی خوبصورت ہو سی نتیجے سونے ہو سی دھیاں پتراں دے نصیب چنگے ہو سی لو جی سنن دے موڈی چو بڑا مزہ آ رہا ہے گل دا میں بس قصیدہ پڑھن لگا نتیجہ سنو نتیجہ عقیدہ قصیدہ یا علی فرمیدن جی او کیڑیاں دو حسرتن جڑیاں پوریاں نہیں ہوئیاں مولا میں حیران ہو گیا تسی ہوا نو حکم دے سو تو سے آلے ان سطر پڑا قدر کرائے ہوا نو علی فرمانے میں سنجانو میں او علی ہاں میں آنکھاں تے گھل دیے زہر نام اللہ رنگ لا میں آنکھاں تے گھل دیے میں آنکھاں تے رک وے اختیارات علی پہ پڑھدا جو مالک نے عزت کتنی دیتی حسنین دے باب مزہ آ گیا گل کرن دا تھوڑے سن اگر ذہن تیار ہوئے تو جنت بنا دیواں ایڈی سطر ہر بندہ متوجہ ہو گیا آخری بندے تک انہاں کہ یا علی بڑیاں بڑیاں تقریراں سنیاں پر اج پہلی تقریر ہے اتنا مجمع سانے محسوس پہ ہوندا ہے علی ساڈے کول کھلو کے تقریر او پچھلا مجمع پہ آندا ہے ساڈے کول کھلو کے مولا امیر تقریر مزہ آ رہے بھائی حلالی موالی بیٹھے ہو یا علی او کیڑیاں دو حسرتن جنیاں جناب دی پوریاں نہیں ہویاں علی فرمیندے ہیں پہلی حسرت جتنا میں سخیات لوگا میرے کو اتنا منگیا دوجی اثر جتنا اللہ میں علم عطا کیتا ہے اتنے لوگا میرے کو پوچھنا سبحان وقت اجازت نہیں دیا دور مجلس میں پڑھنی ہے تو میں چاہنا مجلس ہی تھوڑے وقت پوری پڑھ دوں صلوات با جماعت اچھا چلو ایک شعر سنو ایک شعر سنو مٹی پہ بیٹھتے تھے علی آ کے جس کے پاس میسم علی کے پیار میں کتنا امیر تھا ہاتھ کھڑا کر کے نعرہ حیدری ہن مجمع رلے سارا سارے جاگ گئے بھائی چلو جی میں جاگ گئے ساؤنڈ نہیں دینا ایک شیر ہور پڑھن لگا میسم تمار کہتے تھے زبان کٹنے کے بعد میں اتنے مجلس چھوڑ دے سا میں نہ پڑھ سا اگر انصاف نہ ہوا میں چھوڑ دے سا تے مجلس میسم تمار کہتے تھے زبان کٹنے کے بعد میں علی پر گفتگو کرنے کے قابل ہو گیا
याद कर ले मत पढ़ी। मैं समय तमार कहते थे जुबान कटने के बाद, मैं अली पर गुफ्तगू करने के काबिल हूं। लो जी दो शेर उस बादशाह दे मैं पढ़न लगा जिदे कदमा ते हाथ ला के अली सलाम कर। कोई जाग दे बैठे हो भाई, जिस दे कदमा ते हाथ ला के तुहाडा मेरा इमाम सलाम। मजा आ गया गल करन दा, तुहाडे सुनन दा। जिदे कदम चुम के अली सलाम करें दे, मैं उदे सरदार दी शान पढ़ना। O Allahumma salli ala sayyidina maulana Muhammad pure jasat naat kis ne padhi salli ala sayyidina main naat padh laga maulana Muhammad Allahumma salli ala sayyidina maulana Muhammad jithe aaj nahi nahi da तैयारी कर लो भाई बतूल दे बाबे दी अज़मत पे पड़दा। जिस बंदे मोहम्मद मुस्तफा नू मौला अली नू अपने जैसा समझ रहे उस नहीं बोलना। जिब्राइल दे पर सड़दे। अच्छा मेरे तो सवाल करो यार रसूल अली अल-वली खुमैनी नहीं नायब खुमैनी, ठीक है जी। मेरे तो सवाल करो जुत्ती वह चपड़ दें। सवाल करो जाफर तैयार जुत्ती। जिब्राइल सरदारे मलाइका ते अगे जा नहीं सकदा। जुत्ती रसूल दी क्यों गई अरशे वला ते? इस वास्ते जो बतूल दे वेड़े च मस होइए अरश ते तों। अजीम मजमाए बिला कबाई अल्लाहुम्मा मावा नादे अली पढ़ के दुध पिवाए न मजला सुबह शुरू होइए रात गए तक। वैसे मेरा शेर तुहाडे ज़हन च सारा दिन गर्दश न करे ना तो मेरे पढ़न दा फायदे नहीं। लेकिन एक गल ज़हन च रखो, जिन्ना जिन्ना बंदियां नूं मावा नादे अली पढ़ के दुध पिवाए ना पूरी आवाज़ की ताकत बाडी च इकट्ठी करो। शेर की आखिरी सतर ते जिहड़ा बंदा ढिल्ला बोलिया ये शेर पढ़दे रासन मैं मिंबर तो लै के दोए हाथ इंज रख के उदे मोढ़े ते आखसा ए सुना ए फहम सुन। बंदा जींदियां च कोई नहीं, एडा शेर पढ़िया बंदा हले ही। पुछो तो सही खैर है
جناب عمران دی عظمت دا شعر پڑھنا چاہنا. اللہم تیاری کر لو بھائی, رزق حلال کرنا ہے. میرا اپنا کھاندا ہے بالکل نہ بولے, جڑا علی دا کھاندا ہے حلال کرے بولے. بڑے ہو تو ذاکر دلیر میں ہی بڑا. زندگی 51 سال ہو گئے نواب کربلا دی نوکری چ, چوتھی پشت شبیر دی مدا خانی چ, 26 وار دزاواراں بھین تے براواں دا. 51 سال اچ بندیاں دی ٹیک نہیں لئی, حسین دی ٹیک لئی. لعنت ہے اس بندے تے جڑا بندیاں دی ٹیک لیندے تے امام حسین دی ٹیک لئی. لو جی شعر میں پڑھنا چاہنا, کلیجے ٹھار دے. اگی مالک موسم ہی ایڈا سونا بنایا ہے, جڑا بندہ ایڈے سونے موسم وچ نہیں بولدا اس بولنا قبر چ. موبائل میرے خیال کسی کا کرتا ہوے نہ ہوے موبائل ہوندا ہے, قمیض ہوے یا نہ ہوے. میں کوئی گل غلط تو نہیں کیتی, پریشان ہو گیا. موبائل ہوندا ہے, موبائل جڑا نے جی تصویر بناؤ نا, تے او دے چو فنکشن ہے او چھوٹی تصویر نو وڈے کر سکدے. بندے دی بنائی ہوئی شے چھوٹی بنا کے تے وڈی تصویر کر سکدے ہو. علی نے ایڈا کمزور سمجھائی تیری قبر ہی کھلی نہیں کر سکدا. مجلس ہو گئی, عظیم مجمع ہے. لو جی تیاری کرو, ختم پہ کر دا. جی جج بنو تو شیر پڑا. ایک نبی دی ماں, ایک ولی دی ماں. ایک نبی دی ماں, سبحان, ایک ولی دی ماں. ماما دوئن ان ون ویکھو بھائی, مالک عزت کیویں عطا کیتی. بے قدرے لوگ نہیں پہ پڑتا جائیں تیار ہو میں ہائی ماں نبی دی دریا کہت گئی, ہائی ماں علی دی دیوار پھٹ گئی. واہ
ਸਾਡੀਆਂ ਨਸਲਾਂ ਤੇ ਮੌਲਾ ਰਾਮ ਫਰਮਾ ਅਜ਼ੀਮ ਮਜਮਾ ਹੈ ਆਖਰੀ ਸ਼ੇਰ ਤੇ ਬਾਈ ਜਿਹੜੀ ਗੱਲ ਮੈਂ ਕੀਤੀ ਨਾ ਬਾਈ ਆਪਣੀ ਆਵਾਜ਼ ਨੂੰ ਇੱਕ ਜਾ ਤੇ ਕਰੋ ਤੇ ਆਖਰੀ ਸਤਰ ਤੇ ਬੋਲਣਾ ਹੈ ਤੁਸੀਂ ਮੈਨੂੰ ਪੈ ਦਿਓ ਮੈਂ ਤੁਹਾਨੂੰ ਪੈ ਦਿਓ ਜਿਸ ਬੰਦੇ ਦੇ ਚਿਹਰੇ ਤੇ ਮੁਸਕਰਾਹਟ ਨਾ ਹੋਈ ਮੈਂ ਜ਼ਰੂਰ ਆਖਸਾਂ ਮੌਸਮ ਖਰਾਬ ਹੈ ਸ਼ਰੀਫ ਵਾਲਿਓ ਪੂਰੀ ਦੁਨੀਆਂ ਚ ਮਜਲ ਸੁਣਾਈ ਜਾ ਰਹੀ ਮੈਨੂੰ ਕਸਮ ਹੈ ਮੁਹੰਮਦ ਦੀ ਪੱਗ ਦੀ ਮੈਨੂੰ ਕਸਮ ਹੈ ਮੁਹੰਮਦ ਦੇ ਸੋਹਣੇ ਚਿਹਰੇ ਜਿਸ ਸ਼ਹਿਨਸ਼ਾਹ ਦੇ ਹੱਥਾਂ ਹਜ਼ਰਤ ਆਦਮ ਬਣਾਏ ਉਹਦੀਆਂ ਦੀਆਂ ਮੁਸਲਮਾਨਾਂ ਇਤਨਾ ਮਾਰਿਆ ਹੈ ਜੋ ਸਾਵਰਿਆਂ ਚ ਗਈਏ ਤੇ ਸ਼ੌਹਰ ਨਹੀਂ ਸੁਝਾਤਾ ਜੋ ਪੇਕਿਆਂ ਚ ਗਈਏ ਤੇ ਬਿਰਾਵਾਂ ਨਹੀਂ ਸੁਝਾਤਾ ਮੇਰੀ ਦੁਆ ਹੈ ਇਨਸ਼ਾਅੱਲਾ ਕਿਸੇ ਦੀ ਧੀ ਉਜੜੇ ਨਹੀਂ ਮੈਂ ਲਾਹੌਰ ਪਿਆ ਪੜਦਾਸ ਬੜਾ ਮਜਮਾਈ ਕਰਬਲਾ ਗਾ ਹਮੇਸ਼ਾ ਭਾਈ ਆਖਰ ਤੇ ਇੱਕ ਬਜ਼ੁਰਗ ਸੈਦ ਉੱਠਿਆ 70-80 ਸਾਲ ਦੀ ਉਮਰ ਆਈ ਬੜੇ ਔਖੇ ਉੱਠੇ ਤੇ ਮੈਂ ਨਾ ਦਿਨ ਜਾਫਰ ਤਿਆਰ ਪੂਰੇ ਮਜਮਨ ਚੁੱਪ ਕਰਾ ਕੇ ਦਿਨ ਮੇਰੀ ਗੱਲ ਸੁਣ ਮੈਂ ਨਾ ਦਿਨ ਤੂੰ ਲਾਊਡ ਸਪੀਕਰ ਤੇ ਖੱਲਾ ਹੈ ਮੈਂ ਦੂਰ ਖੱਲਾ ਤੂੰ ਜ਼ਾਕਰ ਹੋਣ ਦਾ ਹੱਕ ਅਦਾ ਕੀਤਾ ਮੋਮਨ ਵਾਸਤੇ ਚੰਗੀ ਦੁਆ ਮੰਗੀ ਦੁਆ ਮੰਗੀ ਹੈ ਇਨਸ਼ਾਅੱਲਾ ਕਿਸੇ ਦੀ ਧੀ ਉਜੜੇ ਨੇ ਸੈਯਦਾ ਤੇ ਮੇਰੀ ਤਰਫ ਦੁਆ ਮੰਗ ਉਜੜੀ ਮੰਜੇ ਤਾਂ ਦੁਆ ਮੰਗ ਸ਼ਾਲਾ ਪੇਕੇ ਵਸਦੇ ਹੋ ਕਮਰ ਆ ਜਾ ਆਵਾਜ਼ ਰਲ ਕੇ ਬਾਈ ਰਲ ਕੇ ਮੁਕਾਨ ਦੇਣੀ ਮੈਂ ਵੀ ਰੋਵਾਂ ਤੁਸੀਂ ਵੀ ਰੋਵੋ ਤਾਂ ਕਿ ਗੱਲੀ ਚੋਂ ਲੰਘਣ ਵਾਲੇ ਬੰਦੇ ਜ਼ਰੂਰ ਆਖੇ ਨੇ ਬਈ ਜਿਹੜਾ ਪੜ੍ਹਦਾ ਪਿਆ ਉਹਦਾ ਵੀ ਕੋਈ ਰਿਸ਼ਤਾ ਹੈ ਬਤੂਲ ਦੇ ਪੁੱਤਰ ਨਾਲ ਇਹ ਹੰਝੂ ਇਹ ਅੱਖੀ ਅਮਾਨਤ ਜ਼ੈਨਬ ਦੇ ਵੀਰ ਦੀ ਆਓ ਆਓ ਬਸ ਮੇਰੇ ਬੇਟੇ ਮਹਿਬੂਬ ਜ਼ਾਕਰਨ ਅੱਲਾਹ ਇੱਜ਼ਤ ਦੇਣੇ ਰਿਸਕ ਦੇਣੇ ਸਿਹਤ ਮੇਰਾ ਬੇਟਾ ਯਾਦ ਰੱਖੋ ਹੁਸੈਨ ਦੇ ਜ਼ਿਕਰ ਚ ਮਿਲਾਵਟ ਨਹੀਂ ਕਰੋ ਮੇਰਾ ਬੇਟਾ ਕਿਦਾਂ ਹੀ ਨਹੀਂ ਲਿਖਿਆ ਹੋਇਆ ਕਿਸੇ ਮੋਇਓ ਨੂੰ ਮਾਰਨਾ ਕਿਦਾਂ ਹੀ ਨਹੀਂ ਲਿਖਿਆ ਮੋਇਓ ਨੂੰ ਮਾਰਨਾ ਕਿਦਾਂ ਹੀ ਨਹੀਂ ਲਿਖਿਆ ਬਖਤ ਲੱਗ ਸਨ ਇੱਜ਼ਤ ਹੋ ਸੀ ਰਿਜ਼ਕ ਹੋ ਸੀ ਹਰ ਜਾਤ ਇੱਜ਼ਤ ਹੋ ਸੀ ਭੈਣ ਬਿਰਾਵਾਂ ਨਾਲ ਧੋਖਾ ਕਰੇ ਸੋ ਬਰਬਾਦ ਹੋਵੇ ਸੋ ਯਜ਼ੀਦ ਤੂੰ ਫਨੇ ਖਾਨ ਕੌਣ ਆਈ ਲੇਕਿਨ ਬਤੂਲ ਦੀ ਧੀ ਜੋ ਪਿਟਿਆ ਨਾ ਕਬਰ ਦਾ ਨਿਸ਼ਾਨ ਹੀ ਕੋਈ ਪੁੱਤ
ਕਰਦੇ ਹੀ ਕੋਈ ਨਹੀਂ। ਜਨੀਤ ਕਿਹਾ ਉਹ ਤਾਂ ਕਦਾ ਨਾ ਸੀ, ਮੈਂ ਇਤਨਾ ਪਿਆਦਾ ਜ਼ੰਜੀਰ ਥੱਕ ਪਏ ਅਸੀਰ ਨਹੀਂ। ਭਾਈ ਮਦਦ ਕਰਾਏ ਤਾਂ ਕਿ ਦੋ ਹੰਝੂਆਂ ਵੰਜਣ, ਮੈਂ ਮੁਤਮੈਨ ਹੋ। ਜ਼ੰਜੀਰ ਮੇਰੀਆਂ ਧੀਆਂ, ਮੇਰੀਆਂ ਭੈਣਾਂ, ਮੇਰੀਆਂ ਮੁਰਸ਼ਦਾਦੀਆਂ, ਅੱਲਾ ਤੁਹਾਨੂੰ ਸ਼ਰਮ ਹੋ ਗਿਆ, ਅੱਲਾ ਤੁਹਾਡੇ ਨਸੀਬ ਚੰਗੇ ਕਰੇ। ਬੇਟੇ ਕਮਰ ਪਿਆਦਾ ਹੈ ਗੋਸ਼ਤ ਜ਼ੰਜੀਰ ਖਾ। ਬਲਕਿ ਇੱਕ ਸਤਰ ਪੜਾ, ਮਾਸੂਮਾਂ ਦੇ ਹੱਥ ਚ ਜਿਹੜੀਆਂ ਰੱਸੀਆਂ ਨਾ ਜੀ, ਉਹ ਗੋਸ਼ਤ ਚ ਲੈ ਗਈਆਂ, ਉੱਤੋਂ ਗੋਸ਼ਤ ਬੰਦ ਹੋ ਗਿਆ। ਨਾਨੇ ਪੁੱਛਿਆ ਮੈਂ ਸੁਣਿਆ ਜ਼ੰਜੀਰ ਪਾਇਆ ਨੀ, ਲੈ ਗਏ। ਨਾਨਾ ਤੇਰੀ ਇੱਜ਼ਤ ਦੀ ਕਸਮ, ਮੈਂ ਉਸ ਲੋਹੇ ਦੀ ਮਮਨੂਨ ਆ ਜਿਸ ਪਰਦੇਸ ਵਿੱਚ ਤੇਰੀਆਂ ਧੀਆਂ ਦਾ ਹਜਾ। ਵਾਹ ਤੋਂ ਸਿਆਲਿਓ, ਕਿਆ ਸੋਹਣਾ ਮਾਹੌਲ ਹੈ ਮਜਲਸ ਦਾ। ਜ਼ੰਜੀਰ ਥੱਕ ਪਏ ਅਸੀਰ ਨਾ ਥੱਕ। ਹੁਸੈਨ ਦਾ ਮੋਰਲ ਅਦਾ ਕਿਹਾ ਜ਼ਿੰਦਗੀ ਚ ਬਦਅੰਤੀ ਨਹੀਂ ਕੀਤੀ। ਬਹੁਤ ਜਲਦੀ ਤਨ ਜ਼ਿਆਰਤ ਕਬਰੇ ਹੁਸੈਨ, ਜਦ ਸ਼ਾਮ ਮੰਜੇ ਨਾ ਮਤ ਕੱਲਾ ਨਾ ਮੰਜੇ, ਕੋਈ ਧੀ ਆਈ ਤਾਂ ਨਾਲ ਲੈ ਮੰਜੇ, ਕੋਈ ਵੇਣ ਆਈ ਤਾਂ ਨਾਲ ਲੈ ਮੰਜੇ। ਬਾਜ਼ਾਰ ਚ ਮੰਜ ਕੇ ਆ ਕੇ ਹੁਣ ਚਾਦਰ ਲਹਾ ਤੇ ਮਾਤਮ ਕਰ। ਧੀ ਪੁੱਛੀ ਬਾਬਾ ਪੰਜਾਬ ਵਿੱਚ ਤਾਂ ਪਰਦੇ ਕਰਾਏ ਨੀ, ਹੁਣ ਕਿਉਂ ਆ ਦਇਆ ਦੇ ਦਿੱਤੇ ਜ਼ੈਨਬ ਟੁਰੀਏ। ਨੌਕਰਾਂ ਤੁਹਾਡਾ ਇੱਥੇ ਅਲੀ ਦੀ ਧੀ ਟੁਰੀਏ ਬਦਮਾਸ਼ਾਂ ਚ। ਜ਼ਿੰਦਾਨ ਥੱਕ ਗਏ ਮਹਿਮਾਨ ਨਾ ਥੱਕ, ਸਫ਼ਰ ਥੱਕ ਪਏ ਮੁਸਾਫ਼ਰ ਨਾ ਥੱਕ। ਦੁਨੀਆ ਪੜ੍ਹ ਪੜ੍ਹ ਕੇ ਕਬਰਾਂ ਹੀ ਟੁਰ ਗਈ, ਮੇਰੀ ਜ਼ਰੂਰਤ ਹੀ ਨਹੀਂ ਜੋ ਮੈਂ ਤਰਦੀਦ ਕਰਾਂ ਜੋ ਉਹਨਾਂ ਗਲਤ ਪੜ੍ਹੇ, ਬਿਲਕੁਲ ਠੀਕ ਪੜ੍ਹੇ। ਪੁੱਛੋ ਕਿਉਂ, ਹੁਸੈਨ ਹੈ ਦੁੱਖਾਂ ਦੀ ਕਿਤਾਬ। ਕਮਰ ਮੈਂ ਗੱਲ ਕਰਨ ਲੱਗਾ, ਸਾਈਂ ਜਾਫਰੁਜ਼ਮਾਨ ਫਰਮਾਉਂਦੇ ਨੇ, ਸਾਈਂ ਜਾਫਰੁਜ਼ਮਾਨ ਜਮਨ ਸ਼ਾਹ ਨੇ ਫਰਮਾਉਂਦੇ ਨੇ ਕਿ ਜਿਹਨਾਂ ਬੀਬੀਆਂ ਦੀਆਂ ਕਬਰਾਂ ਆਪਣੀ ਹਵੇਲੀ 'ਚ ਬਣਨੀਆਂ, ਬਦਮਾਸ਼ਾਂ ਦੇ ਬਾਜ਼ਾਰਾਂ 'ਚ ਰੁਲ ਗਈਆਂ। ਨਹੀਂ ਅਮੀਰ ਬਣ ਕੇ ਨਾ ਸੁਣੋ, ਬੜਾ ਮੈਂ 170 ਸਾਹਿਬ ਦੀ ਜਿਤਨੇ ਮੁਕਾਣੀ ਓ ਇੰਤਜ਼ਾਰ ਨਾ ਕਰਾਂ। ਆਈ ਪੇਕੇ ਯਾਰ, ਸਾਰੇ ਮਜ਼ਹਬ ਵਿੱਚ ਮਾਤਮ ਜਾਇਜ਼ ਹੈ। ਮਗਰਬਾਇਣ ਦੀਆਂ ਬਾਂਗਾਂ ਜਾਂ ਨਹਾਨ ਮਿਲੀਆਂ, ਬਿਰਾਵਾਂ ਦੀ ਜਾਗੀਰ ਚਾਈ। ਜਾਬਿਰਾ ਦੇ ਬਿਮਾਰ ਸ਼ਾਇਦ ਤੇਰੇ ਇਲਮ ਵਿੱਚ ਨਹੀਂ, ਇਹ ਜੰਗਲ ਜੰਗਲ ਨਹੀਂ ਰਿਹਾ, ਮੁਹੱਲਾ ਬਣ ਗਿਆ। ਇਸ ਨਗਰੀ ਦਾ ਸਰਦਾਰ ਕਹੀਂ ਨੂੰ ਕੁਝ ਨਹੀਂ ਆਉਂਦਾ, ਤੇ ਜਿਹੜਾ ਨਗਰੀ ਦਾ ਜਰਨੈਲ ਹੈ ਉਹਦੇ ਸਖ਼ਤ ਆਰਡਰ ਹਨ। ਜਰਨੈਲ ਦਾ ਹੁਕਮ ਹੈ ਤੁਹਾਡੇ ਜਿਹੜੀਆਂ ਅਮੀਰ ਹੋਵੇ ਨੇ ਮਹਮਲਾ ਫਿਲੋਵੇ ਪੈਦਲ ਟੁਰੋ। ਇਮਾਮ ਵਕਤ ਫਰਮਾਇਦਾ ਅਗਰ ਪੈਦਲ ਨਾ ਟੁਰ ਸਕਣ ਵੱਧ ਬੱਲਾ ਮਾਰ ਕੇ ਬਾਹਰ ਕੱਢਣ। ਹਰ ਬੰਦੇ ਦੀ ਆਰਜ਼ੂ ਪੂਰੀ ਹੋ ਸੀ,
شریعت مطابق نہ پوری ہوئے میں محمد دی کولو منگے ہی نہیں بالخصوص جنہ دے گھر نہیں مولا گھر جنہ کول زر نہیں انہوں زر حسین دے آخر سجدہ دا واسطے میرا اللہ دیاں دے نصیب چنگے میری بچیاں تھوڑی خاطر میں ایک جملہ پڑھا اللہ تعالی شرم حیا اللہ تعالی عزت سلامت جابر آدھے جرنیل دا حکم امام فرمائیں جرنیل دا تعارف کرا سکنا آدھے بسم اللہ الرحمن الرحیم غریبا دی آس حضرت عباس تو سیال جی میں پہلے معمل تے بیٹھی آئی نا تے مدت دے بعد عزت دے ناک پھر آگا نا معمل کی بہن کے جولی دراز کر کے آدھی تھکی ہوئی بھیڑ دعا کریں دی انشاءاللہ حکم منی لے تو سا حق ادا کر دیتے سنن بھائی یقین سنن جابر آدھے بیمار اگر تیرے پردہ دار ٹرن دے آدھی نہیں بلہ مار کے لنگ ون غازی دا حکمے لانا ہی پوسی ٹرن ہی پوسی جابر دی زبان تلخی آئیے غیرت سمندر دا بند ٹوٹن امام آدن کار ترش کلامی باند جابر میرے ڈکھے ہوئے زخم ڈکھا نہیں مانیا تو فضل دے بابے کو میرے پردہ دار میرے کو پڑھے نہیں جا رہا اتنا گریا میرے پردہ دار لہان میرے پردہ دار لہان لانج اپنے جرنیل نو میرا پیغام دے تیری شاہ بابا جی نہ مولا صحت دینے جابر دی زبان تلخی آئیے میں تھوڑی محبت میں چھوڑا لگا سکتا تھوڑی محبت سے ایک جملہ ہور پڑھا لگا جابر آدھے غازی دا حکم لانا ہی پوسی ٹرنا ہی پوسی کمر بیٹا میری دھیاں میں تو گزارش کرنے لگا شام ضرور ویسو مور اللہ ذاکر ضرور بہت اگر شام وینی دیر ہوئے نا اے عید قربان آ رہی ہے چند دن تک وڈی عید جس نہ دیو اگر شام جلدی نہ منجو نا جوانا ہوں اپنی ادھیاں نو لے کے لاہور ضرور منجا عید دی رات چند چادر نہ رہ منجائے بی بی دی قبر نو ہاتھ نہیں لاونا رو کے کیا ہے بازاراں چ منگیاں نہیں آج بس دیا لے ادھے غازی دا حکم لانا ہی پوسی ٹر نہیں پوسی جدہ بار بار آکھے نا اس تو بڑی ستر مسائب اچھ کونی جنہی میں پڑھا لگا غازی دا حکم لانا ہی پوسی پڑھنا بھائی تو ان سے آلے ہوں غازی دا حکم تو ان سے آلے ہوں جدہ کوئی نہیں لتھا تریجے مامل تو دو بچیاں اٹھے نکے نکے ات بن کے آدیاں سجاد برا اعلان یا نلان سردار آدیاں دیا عزت نوکر مسلم دیا دیا ساڑے مامے دا پہلا آ میرا مولا ہے نن تڑپ دیا میں شہید اول دیاں دھیاں نو لاندا ڈٹھا ہے کربلا دی حاجرہ لہ پئی اے پہلا قافلہ جداں قبر عباس تے آئے نا اس تو وڈی سطر میرے مصائب وچ کوئی نہیں
ਜਿੱਦਾਂ ਗਾਜ਼ੀ ਦੀ ਕਬਰ ਨਜ਼ਰ ਆਈ ਸੀ ਨਾ ਸੈਯਦ ਸੱਜਾਦ, ਇੰਜ ਬੈਠਿਆ ਜਿਵੇਂ ਨਮਾਜ਼ੀ ਸ਼ੌਹਦ ਪਾਉਂਦਾ ਹੈ। ਸਤਰਪਣਾ ਬਈ ਤੋਂ ਸਿਆਲਿਓ ਮੈਂ ਸ਼ਰ ਤੁਹਾਡੀ ਯਾਦ ਰਾਸੀ, ਇੰਜੇ ਕਬਰ ਦੇ ਕੋਲ ਬਹਿ ਕੇ ਨਾ ਚਾਚੇ ਦੀ ਕਬਰ ਸਮਝ ਕੇ ਨਹੀਂ ਵਫਾ ਦੀ ਸਜਦਾ ਗਾਹ ਸਮਝ ਕੇ। ਖਤਮ ਹੋ ਗਈ ਗੱਲ, ਵਫਾ ਦੀ ਸਜਦਾ ਗਾਹ ਸਮਝ ਕੇ। ਚਾਚੇ ਦੀ ਕਬਰ ਤੇ ਪੇਸ਼ਾਨੀ ਰੱਖੀ, ਉਹ ਦੁਨੀਆਂ ਦਾ ਬਦਨਸੀਬ ਬੰਦਾ ਜਿਹਦੀ ਹੁਣ ਇਬਾਦਤ ਨਾ ਹੋ ਸੀ। ਕਬਰੇ ਅੱਬਾਸ ਤੇ ਮੱਥਾ ਲਾ ਗਿਆ ਦੇ ਚਾਚਾ ਚੰਗੇ ਰਹੋ ਜਿਹੜੇ ਹੀ ਕੁਵਾਰ ਪੁੱਠ। ਕਬਰ ਚੋਂ ਆਵਾਜ਼ ਆਇਆ ਤੇ ਸੱਜਾਦ ਤੂੰ ਕਿਤਨੀ ਵਾਰੀ ਪੁੱਠਾ। ਚਾਚੇ ਦੀ ਕਬਰ ਚੁੰਮ ਕੇ ਪਿਆ ਦੇ